ਸਾਥੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਸਾਹਿਤ ਟੀ ਵੀ ਚੈਨਲ ਅਤੇ ਮੈਂ ਹਾਂ ਜਗਜੀਤ ਬਾਰੂ ਸਿੰਘ ਸੱਗੂ। ਸਾਥੀਓ, ਸਾਡੇ ਪਰਮ ਮਿੱਤਰ ਰਜੇਸ਼ ਕੁੱਲਰ ਜੀ ਕਾਫੀ ਲੰਬੇ ਅਰਸੇ ਤੋਂ ਜਪਾਨ ਦੇ ਵਸਿੰਦੇ ਨੇ। ਉਹ ਕਈ ਐਕਸਪੋਰਟ ਕੰਪਨੀਆਂ ਦੇ ਉੱਥੇ ਮਾਲਕ ਵੀ ਨੇ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਸੋਲਰ ਸਿਸਟਮ ਰਾਹੀਂ ਬਿਜਲੀ ਉਤਪਾਦਨ ਕਰਕੇ ਜਿਹੜੀ ਜਪਾਨ ਸਰਕਾਰ ਨੂੰ ਉਹ ਬਿਜਲੀ ਦੇ ਰਹੇ ਨੇ ਅਤੇ ਬੜਾ ਲੰਬਾ ਜਿਹੜਾ ਉਹਨਾਂ ਦਾ ਬਿਜਨਸ ਹੈ। ਉਹਨਾਂ ਨੂੰ ਝਟਕਾ ਉਸ ਸਮੇਂ ਲੱਗਿਆ ਜਦੋਂ ਕਿ 21 ਜੁਲਾਈ ਨੂੰ ਉਹਨਾਂ ਦੇ ਪਿਤਾ ਸ਼੍ਰੀ ਬਰਿੰਦਰ ਕੁਮਾਰ ਖੁੱਲਰ ਜੀ, ਜਿਹੜੇ ਕਿ VDOPO ਆਫਿਸਰ ਬਤੌਰ ਪੰਜਾਬ ਦੇ ਵਿੱਚ ਲੰਬਾ ਸਮਾਂ ਡਿਊਟੀ ਨਿਭਾ ਰਹੇ ਸੀ, ਕਾਫੀ ਲੰਬੇ ਅਰਸੇ ਤੋਂ ਹੁਣ ਉਹ ਬੈੱਡ ਰੈਸਟ 'ਤੇ ਸਨ ਕਿਉਂਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ। ਅਤੇ ਸਾਨੂੰ ਇਸ ਦਾ ਬਰਿੰਦਰ ਜੀ ਦੀ ਜਾਣ ਦਾ ਜਿਹੜਾ ਘਾਟਾ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ। ਸੋ ਰਜੇਸ਼ ਕੁੱਲਰ ਜੀ, ਪੰਜਾਬੀ ਸਾਹਿਤ ਟੀ ਵੀ ਚੈਨਲ ਵੱਲੋਂ ਅਤੇ ਮੇਰੇ ਵੱਲੋਂ ਅਤੇ ਮੇਰੀ ਟੀਮ ਵੱਲੋਂ ਸਾਨੂੰ ਸਾਰਿਆਂ ਨੂੰ ਬੜਾ ਅਫਸੋਸ ਹੈ ਜੀ ਇਸ ਗੱਲ ਦਾ। ਸੋ ਰਜੇਸ਼ ਕੁੱਲਰ ਜੀ ਦੇ ਵੱਲੋਂ ਬੇਨਤੀ ਹੈ ਕਿ ਬੜਾ ਸਮਾਂ ਹੁੰਦਾ ਹੈ ਕਿਉਂਕਿ ਮਾਂ ਪਿਓ ਨੇ ਬੱਚੇ ਨੂੰ ਪਾਲਿਆ ਪੋਛਿਆ ਹੁੰਦਾ ਹੈ, ਪਰ ਜਿਹੜਾ ਕਰੋਨਾ ਦੇ ਮਹਾਂਮਾਰੀ ਕਰਕੇ ਸ਼੍ਰੀ ਰਜੇਸ਼ ਕੁੱਲਰ ਜੀ ਜਪਾਨ ਤੋਂ ਆ ਕੇ ਉਹ ਆਪਣੇ ਪਿਤਾ ਸਤਿਕਾਰਯੋਗ ਬਰਿੰਦਰ ਕੁੱਲਰ ਜੀ ਦਾ ਜਿਹੜੇ ਅੰਤਮ ਸਮੇਂ ਉਹ ਮੂਵੀ ਨਹੀਂ ਵੇਖ ਸਕੇ, ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਸੋ ਉਹਨਾਂ ਦੇ ਨਿਮਿੱਤ ਜਿਹੜਾ ਭੋਗ ਹੈ, ਅੰਤਮ ਅਰਦਾਸ ਹੈ, ਸਮਰਾਲਾ ਰੋਡ 'ਤੇ ਜਿਹੜੇ ਹੇਡੋਂ ਪਿੰਡ ਹੈ ਉਸ ਦੇ ਵਿੱਚ ਤਕਰੀਬਨ 1 ਅਗਸਤ ਨੂੰ ਜਿਹੜਾ 12 ਤੋਂ 1 ਵਜੇ ਦੇ ਦੌਰਾਨ ਭੋਗ ਪਵੇਗਾ। ਸੋ ਸਾਰੇ ਦੋਸਤ ਮਿੱਤਰਾਂ ਨੂੰ ਰਜੇਸ਼ ਕੁੱਲਰ ਜੀ ਵੱਲੋਂ ਬੇਨਤੀ ਹੈ ਕਿ ਉਹ ਜ਼ਰੂਰ ਇਸ ਜਿਹੜਾ ਸਮਾਂ ਆਇਆ ਹੈ ਜਾਣੀ ਕਿ ਅਫਸੋਸ ਦਾ ਹੈ, ਸੋ ਉਹ ਦੁੱਖ ਦੇ ਵਿੱਚ ਸ਼ਰੀਕ ਜ਼ਰੂਰ ਹੋਣ ਜੀ। ਸੋ ਧੰਨ